ਇਮਾਨ ਗਵਾ ਪੈਂਦਾ ਹੈ। ਅਸੀਂ ਜੇਬੀ ਚ ਪਾ ਲੈਂਦੇ ਹਾਂ, ਨਹੀਂ ਜੀ ਕੀ ਐਲਾਨ ਕਰਵਾਉਣਾ, 70 ਰੁਪਈਏ ਹੀ ਨਾ। ਉਹ ਮੈਂ ਕਿਹਾ 70 ਪੈਸੇ ਵੀ ਹੋਣ ਤੇ ਕੋਸ਼ਿਸ਼ ਕਰਿਆ ਕਰ ਜਿਹਦੇ ਨੇ ਉਹਦੇ ਤੱਕ ਪਹੁੰਚ ਜਾਣ। 70 ਰੁਪਈਆਂ ਦੇ ਬਾਰੇ ਚ ਤੇ ਦੂਰ ਦੀ ਬਾਤ, ਪੈਸਿਆਂ ਦੇ ਬਾਰੇ ਚ ਵੀ ਪੁੱਛ ਕੇ ਛੋਵੇਗੀ। ਇਸ ਵਾਸਤੇ ਈਮਾਨ ਨੂੰ ਬਰਬਾਦ ਨਾ ਕਰੋ, ਕੋਈ ਜ਼ਮੀਨ ਤੋਂ ਚੀਜ਼ ਲੱਭ ਜਾਵੇ ਤੇ ਜਲਦੀ ਦੇ ਨਾਲ ਕੋਸ਼ਿਸ਼ ਕਰਕੇ ਉਹਦੇ ਮਾਲਕ ਦਾ ਪੁਚਾਇਆ ਕਰੋ। ਵੇਖਿਆ ਜੇ ਫਿਰ ਮੇਰਾ ਰੱਬ 70 ਪੈਸਿਆਂ ਦੇ ਬਦਲੇ 70 ਕਰੋੜ ਕਿਵੇਂ ਅਦਾ ਫਰਮਾਉਂਦਾ ਹੈ। ਕਦੀ ਸਾਡੇ ਅੰਦਰ ਇਹ ਚੀਜ਼ਾਂ ਪੈਦਾ ਹੋ ਜਾਣ ਨਾ, ਅਸੀਂ ਤੇ ਮਸੀਤੇ ਆਇਆ ਜੁੱਤੀ ਨਹੀਂ ਛੱਡਦੇ, ਜੁੱਤੀ ਨਹੀਂ ਛੱਡਦੇ। ਸਾਡਾ ਹਾਲ ਤੇ ਹੈ, ਨਵੀਂ ਜੁੱਤੀ ਜਦੋਂ ਵੀ ਲਿਆਈ ਦੀ 5 ਦਿਨ ਨਹੀਂ ਗੁਜ਼ਰਦੇ ਚੁੱਕੀ ਜਾਂਦੀ ਹੈ। ਇਮਾਨੀ ਪੁਰਾਣੀ ਬਾਤ ਹੈ। ਔਰ ਤੁਹਾਡੀ ਗੱਲ ਤੇ ਦੂਰ ਦੀ ਮੇਰੀ ਨਹੀਂ ਛੱਡਦੇ। ਉਹਨਾਂ ਨੂੰ ਪਤਾ ਕਾਰ ਸਾਹਿਬ ਚੰਗੀ ਜੁੱਤੀ ਪਾਉਂਦੇ ਨੇ ਤੇ ਜਨਾਬ ਮੈਂ ਤੇ ਜਦੋਂ ਵੀ ਲਿਆਉਂਦੀ ਹੈ, ਮੈਂ ਕੱਲ੍ਹ ਹੁਣ ਬਾਟਾ ਵਾਲਿਆਂ ਦੀ ਲੈ ਗਿਆ ਕੈਂਚੀ ਚੱਪਲ ਤੇ ਮੈਨੂੰ ਨਹੀਂ ਪਤਾ। ਮੈਨੂੰ ਅੱਗੇ ਹੀ ਮੇਰੀ ਘਰ ਦੇ ਕਹਿ ਰਹੇ ਸੀ 5 ਦਿਨ ਹੀ ਗੁਜ਼ਰਨੇ ਜੇ। ਮੈਂ ਕਿਹਾ ਚੰਗੀ ਦੁਆ ਭੇਜ ਦਿੰਦੀ, ਚੰਗੀ ਦੁਆ ਭੇਜ। ਕਹਿੰਦੀ ਤੁਹਾਡੇ ਨਾਲ ਹੁੰਦਾ ਹੀ ਹੈ ਜੇ। ਮੈਂ ਕਿਹਾ ਚਲੋ ਖੁਸ਼ ਰਹਿਣ। ਉਹ ਲਓ ਜੀ ਬਾਟ ਸਾਹਿਬ ਕਹਿ ਰਹੇ ਉਹ ਸਾਡੇ ਚੌਕੀਦਾਰ ਨੇ ਸਾਈਕਲ ਲਿਆਂਦੀ 3000 ਦੀ ਤੇ ਉਹ ਵਿਚਾਰਾ ਅੰਦਰ ਪਿਆ ਸੁੱਤਾ, ਤਬੀਅਤ ਉਹਦੀ ਖਰਾਬ ਸੀ, ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਰਹਿ ਗਿਆ। ਕੈਮਰੇ 'ਚੋਂ ਬੰਦਾ ਵੀ ਸਾਰਾ ਆ ਗਿਆ, ਲੇਕਿਨ ਬੰਦਾ ਕਿਵੇਂ ਪਹਿਚਾਨੀਏ, ਕੋਈ ਪਹਿਚਾਣ 'ਚ ਆਵੇ ਤਾਂ ਪਹਿਚਾਨੀਏ ਨਾ, ਬੰਦਾ ਹੀ ਹੁਣ ਕਿਸੇ ਹੋਰ ਇਲਾਕੇ ਦਾ। ਉਹ ਜਨਾਬ ਸਾਈਕਲ ਚੁੱਕੀ ਦੇ ਇੰਜ ਦੌੜ ਪਿਆ ਲਾਉਂਦਾ। ਉਹ ਮਸੀਤੋਂ ਸਾਈਕਲ ਨਹੀਂ ਛੱਡਦੇ ਬੰਦੇ, ਉਹ ਸਾਈਕਲ 'ਤੇ ਫਿਰ ਵੀ 3000 ਦੀ, ਜੁੱਤੀ 'ਤੇ 200-300 ਦੀ ਹੁੰਦੀ ਹੈ। ਕਾਸ਼ ਕਿ ਸਾਡਾ ਤਰੀਕਾ ਬਦਲ ਜਾਵੇ। ਤੁਹਾਡੀ ਗੱਲ ਨਹੀਂ ਪਿਆ ਕਰਦਾ, ਤੁਸੀਂ ਨੇਕ ਹੋ ਆਪਣੀ ਜੁੱਤੀ। ਮੈਂ ਤੇ ਹੈਰਾਨ ਪਰੇਸ਼ਾਨ ਹਾਂ ਯਾਰ, ਹੈਰਾਨ ਪਰੇ। ਉਹ ਜੁੱਤੀ ਪੈਰੀ ਆਵੇ ਤੇ ਜੁੱਤੀ ਦੱਸਦੀ ਹੈ ਮੈਂ ਤੇਰੀ ਨਹੀਂ, ਅੰਦਰ ਹੋਵੇ ਨਾ ਇਮਾਨ ਦੀ ਰੱਤੀ ਤੇ ਜੁੱਤੀ ਦੱਸਦੀ ਹੈ ਕਿ ਮੈਂ ਤੇਰੀ ਨਹੀਂ। ਲੇਕਿਨ ਪਤਾ ਨਹੀਂ ਲੋਕ ਕਿਵੇਂ ਖਰਾਬੀ ਕਰਦੇ, ਨਹੀਂ ਜੀ ਜੁੱਤੀ ਪਾ ਕੇ ਸਾਨੂੰ ਪਤਾ ਹੀ ਨਹੀਂ ਲੱਗਾ। ਮੈਂ ਕਿਹਾ ਤੈਨੂੰ ਪਤਾ ਹੋਰ ਸਾਰੀਆਂ ਚੀਜ਼ਾਂ ਦਾ, ਕਦੀ ਤੂੰ ਆਪਣੀ ਛੱਡ ਕੇ ਜਾ, ਪਤਾ ਤਾਂ ਲੱਗੇ ਤੈਨੂੰ ਪਤਾ ਨਹੀਂ ਲੱਗਾ। ਹੈ ਜਿਹੜੀ ਚੰਗੀ ਹੋਵੇ ਪਾ ਕੇ ਟੁਰ ਕੇ ਜੇ ਫੜੇਗੇ, ਨਹੀਂ ਪਤਾ ਹੀ ਨਹੀਂ ਲੱਗਾ, ਪਤਾ ਹੀ ਨਹੀਂ ਲੱਗਾ। ਇਹ ਤਾਂ ਪਤਾ ਤੈਨੂੰ ਲੱਗਣਾ ਕੱਲ ਕਿਆਮਤ ਵਾਲੇ ਦਿਨ, ਇੱਕ ਇੱਕ ਪੈਸੇ ਦਾ, ਇੱਕ ਇੱਕ ਪਾਈ ਦਾ। ਵਮਈ ਯਾ ਮਲ ਮਿਸਕਾਲਾ ਜ਼ਰਰਾ ਤਿਨ ਖੈਰੈ ਯਰਾ, ਵਮਈ ਯਾ ਮਲ ਮਿਸਕਾਲਾ ਜ਼ਰਰਾ ਤਿਨ ਸ਼ਰੈ ਯਰਾ। ਇੱਕ ਜ਼ਰਰੇ ਦੇ ਬਰਾਬਰ ਵੀ ਬੁਰਾਈ ਕੀਤੀ ਹੋਵੇਗੀ ਪਕੜਿਆ ਜਾਏਗਾ, ਇੱਕ ਜ਼ਰਰੇ ਦੇ ਬਰਾਬਰ ਵੀ ਕਿਸੇ ਨਾਲ ਨੇਕੀ ਕੀਤੀ ਹੋਵੇਗੀ ਅੱਲਾਹ ਤੈਨੂੰ ਉਹਦਾ ਅਜਰ ਅਤਾ ਫਰਮਾਏਗਾ।